ਪੰਜਾਬ ਪੁਲਿਸ ਵੱਲੋਂ ਨਸ਼ੇ ਦੀ ਰੋਕਥਾਮ ਲਈ ਕਈ ਸਖਤ ਹੱਥਕੰਡੇ ਅਪਣਾਏ ਜਾ ਰਹੇ ਹਨ। ਇਸੇ ਤਹਿਤ ਅੰਮ੍ਰਿਤਸਰ ਦੇ ਰਣਜੀਤ ਐਵੈਨਿਊ ਪੁਲਿਸ ਚੌਂਕੀ ਦੇ ਅਧੀਨ ਆਉਂਦੇ ਇਲਾਕੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਤਾਂ ਸ਼ੱਕ ਦੇ ਆਧਾਰ ਤੇ ਪੁਲਿਸ ਵੱਲੋਂ ਇੱਕ ਕਾਰ ਨੂੰ ਰੋਕਿਆ ਗਿਆ ਅਤੇ ਚੈਕਿੰਗ ਦੌਰਾਨ ਉਸ ਕਾਰ ਵਿੱਚੋਂ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਬਲਜੀਤ ਕੌਰ ਨਾਮਕ ਔਰਤ ਤੇ ਉਸ ਦੇ ਪੁੱਤਰ ਕੋਲੋਂ 60 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਅਤੇ ਇਸ ਔਰਤ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਜੀ ਕੱਲ ਨਾਕਾਬੰਦੀ ਦੌਰਾਨ ਰਾਤ ਨੂੰ ਨਾਕਾ ਲਗਾ ਸਾਡੇ ਕੇਟੀਓਸ ਗੱਡੀ ਸ਼ੱਕ ਦੇ ਬਿਨਾਂ ਤੇ ਰੋਕੀ ਗਈ ਤੇ ਉਹਦੀ ਜਦੋਂ ਚੈਕਿੰਗ ਕੀਤੀ ਗਈ ਇੱਕ ਲੇਡੀਜ਼ ਤੇ ਇੱਕ ਮੁੰਡਾ ਸੀਗਾ ਬਲਜੀਤ ਕੌਰ ਅਤੇ ਉਹਦਾ ਬੇਟਾ ਸੀਗਾ ਅਰੁਣ ਗੋਰੂ ਜਿਹਨਾਂ ਨੂੰ ਫੜਿਆ ਗਿਆ। ਚੈਕਿੰਗ ਕੀਤੀ ਗਈ ਤਾਂ ਉਹਨਾਂ ਕੋਲ 60 ਗ੍ਰਾਮ ਹੈਰੋਇਨ ਸਾਨੂੰ ਰਿਕਵਰ ਹੋਈ ਹੈ ਜੀ। ਮੁੰਡਾ ਤਾਂ ਬੇਸਿਕਲੀ ਟੈਕਸੀ ਚਲਾਉਂਦਾ ਜੀ, ਨਾਲ ਐਵੀ ਹੈਰੋਇਨ ਦਾ ਵੀ ਕੰਮ ਕਰਦੇ ਜੋ ਪਤਾ ਲੱਗਾ ਸਾਨੂੰ। 60 ਗ੍ਰਾਮ ਹੀਰੋਇਨ ਇਹਨਾਂ ਨੂੰ ਰਿਕਵਰ ਹੋਈ, ਹੁਣ ਦੇਖਦੇ ਹਾਂ ਕਿ ਕਿੱਥੋਂ ਲੈ ਕੇ ਆਉਂਦੇ ਆ, ਕਿੱਥੇ ਵੇਚ ਦਿਓ, ਸਾਰਾ ਤਫਤੀਸ਼ ਆਪਾਂ ਲੈ ਕੇ ਆਵਾਂਗੇ। ਮਾਂ ਮੇਨ ਹੈ ਜੀ, ਮੇਨ ਕੰਮ ਮਾਂ ਹੀ ਕਰਦੀ ਹੈ ਇਹਦੀ, ਜਿਹੜੀ ਮਦਰ ਹੈਗੀ ਬਲਜੀਤ ਕੌਰ ਉਹ ਕਰਦੀ ਹੈ ਅਤੇ ਪਹਿਲਾਂ ਵੀ ਪਰਚਾ ਦਰਜ ਹੈਗਾ ਆਪਣੇ ਜਾਲੀ ਕਰੰਸੀ ਦਾ ਪਠਾਨਕੋਟ ਦੇ ਵਿੱਚ। ਹੋਰ ਕੀ ਕਰਦੀ ਮਾਂ ਇਸ ਤੋਂ ਇਲਾਵਾ? ਇਹੀ ਹੈ ਜੀ, ਆਪਣੇ ਹੈਰੋਇਨ ਦਾ ਕੰਮ ਕਰਦੀ ਹੈ, ਹੈਰੋਇਨ ਤੇ ਮੁੰਡਾ ਨਾ ਨਾ ਰਲਿਆ ਨਾ ਮੁੰਡਾ ਖੋਦ ਇਹਦਾ ਸ਼ਾਇਦ ਡਿਕਟਿਡ ਹੈਗਾ ਉਹ ਆਪਾਂ ਤੁਹਾਨੂੰ ਪਤਾ ਕਰ ਰਹੇ ਅਤੇ ਉਹ ਨਾਲ ਹੀ ਇਹਦੇ ਕਰਦਾ ਸਪਲਾਈ ਕਰਦਾ ਨਾਲ ਹੀ। ਕਿੱਥੋਂ ਆ ਰਹੇ? ਇਹ ਦੱਸ ਰਹੇ ਸਮਾਨ ਖਰੀਦ ਕੇ ਆ ਰਹੇ ਸੀਗੇ ਜਦੋਂ ਅਤੇ ਉਹ ਅੱਗੇ ਇਹਨਾਂ ਨੇ ਵੇਚਣਾ ਸੀ। ਸਰ ਕਿੱਥੇ ਵੇਚਣੇ? ਇਹਨਾਂ ਦੇ ਅੱਗੇ ਕਸਟਮਰ ਹੁੰਦੇ ਜੀ, 5-5 ਗ੍ਰਾਮ 6-6 ਗ੍ਰਾਮ ਵੇਚਦੇ ਅੱਗੇ ਲੋਕਾਂ ਨੂੰ। ਇਹ ਖੁਦ ਇਹਨਾਂ ਕੋਲ 60 ਗ੍ਰਾਮ ਲੈ ਕੇ ਆਏ ਸੀ। ਮੈਂ ਪਤਾ ਕਰਾਂਗੇ, ਤਫਤੀਸ਼ ਵਿੱਚ ਆਏਗਾ ਸਾਰਾ ਕਿੱਥੋਂ ਲੈ ਕੇ ਆਉਂਦੇ, ਕਿੰਨੀ ਕੁਆਂਟਿਟੀ ਲੈ ਕੇ ਆਉਂਦੇ। ਸਾਰਾ ਅੱਗੇ ਤਫਤੀਸ਼ ਵਿੱਚ ਆਊਗਾ, ਹਾਲੇ ਫਿਲਹਾਲ ਰਿਮਾਂਡ 'ਤੇ ਲੈਂਦੇ ਨਾ।